ਸਰੋਤਿਓ, ਅੱਜ ਹੈ 27 ਨਵੰਬਰ 2019 ਅਤੇ ਗੁਰਪ੍ਰੀਤ ਸਿੰਘ ਇੱਕ ਵਾਰੀ ਫਿਰ ਪੰਜਾਬੀ ਰੇਡੀਓ USA 'ਤੇ ਅਪਡੇਟ ਕਰਨ ਲੈ ਕੇ ਹਾਜ਼ਰ ਹੋ ਚੁੱਕਿਆ। ਅੱਜ ਦੀਆਂ ਵੀ ਕਾਫੀ ਅਪਡੇਟਸ ਨੇ ਔਰ ਇਸ ਵਿੱਚ ਮੁੱਖ ਤੌਰ 'ਤੇ 3-4 ਵੱਡੀਆਂ ਖਬਰਾਂ ਨੇ, ਇਸ ਤੋਂ ਇਲਾਵਾ ਹੋਰ ਕਈ ਛੋਟੀਆਂ ਮੋਟੀਆਂ ਖਬਰਾਂ ਜਿਨ੍ਹਾਂ 'ਤੇ ਅਸੀਂ ਨਿਗਾਹ ਮਾਰਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਾਂਗੇ ਕੁਬੈਕ ਦੇ ਬਾਰੇ। ਕੁਬੈਕ ਦੇ ਵਿੱਚ ਜਿਹੜੇ ਸਿਵਲ ਰਾਈਟਸ ਗਰੁੱਪਸ ਨੇ, ਮਨੁੱਖੀ ਅਤੇ ਸ਼ਹਿਰੀ ਆਜ਼ਾਦੀ ਦੀ ਗੱਲ ਕਰਨ ਵਾਲੀਆਂ ਜਥੇਬੰਦੀਆਂ, ਉਹਨਾਂ ਵੱਲੋਂ ਹੁਣ ਵਿਵਾਦਗ੍ਰਸਤ ਬਿੱਲ 21 ਨੂੰ ਉੱਥੋਂ ਦੀ ਅਪੀਲ ਕੋਰਟ ਵਿੱਚ ਚੁਣੌਤੀ ਦੇ ਦਿੱਤੀ ਗਈ ਹੈ। ਇਹ ਬਹੁਤ ਵੱਡੀ ਡਿਵੈਲਪਮੈਂਟ ਹੈ, ਇਸ ਦੇ ਬਾਰੇ ਅੱਗੇ ਜਾ ਕੇ ਮੈਂ ਵਿਸਥਾਰਪੂਰਵਕ ਦੱਸਾਂਗਾ। ਇਸ ਤੋਂ ਇਲਾਵਾ ਜਿਹੜੀ ਟੋਰੀ ਪਾਰਟੀ ਦੀ ਵਿਵਾਦਗ੍ਰਸਤ ਸੈਨੇਟਰ ਹੈ ਲੈਨ ਬਿਆਕ, ਜਿਹੜੀ ਨਸਲੀ ਟੀਕਾ ਟਿੱਪਣੀ ਕਰਦੀ ਰਹੀ ਹੈ, ਉਹ ਕੰਮ 'ਤੇ ਵਾਪਸ ਪਰਤ ਆਈ ਹੈ। ਉਸ ਤੋਂ ਪਿੱਛੇ ਜੇ ਮੁਅੱਤਲ ਕੀਤਾ ਗਿਆ ਸੀ ਅਤੇ ਉਹ ਕੰਮ 'ਤੇ ਵਾਪਸ ਆ ਗਈ ਹੈ ਅਤੇ ਤਨਖਾਹ ਲੈ ਰਹੀ ਹੈ। ਸੋ ਇਹ ਆਪਣੇ ਆਪ ਵਿੱਚ ਚਿੰਤਾਜਨਕ ਵਿਸ਼ਾ, ਜਿਸ 'ਤੇ ਮੂਲ ਵਾਸੀ ਭਾਈਚਾਰੇ ਵਿੱਚ ਖਾਸ ਤੌਰ 'ਤੇ ਅਤੇ ਨਸਲਵਾਦ ਦਾ ਵਿਰੋਧ ਕਰਨ ਵਾਲੇ ਲੋਕਾਂ ਵਿੱਚ ਆਮ ਤੌਰ 'ਤੇ ਕਾਫੀ ਗੁੱਸਾ ਹੈ। ਇਸ ਤੋਂ ਇਲਾਵਾ ਜਿਹੜੀ ਕੈਲਗਰੀ ਦੀ ਹਾਕੀ ਟੀਮ ਹੈ ਫਲੇਮਸ, ਉਸ ਦੇ ਜਿਹੜੇ ਕੋਚ ਨੇ ਬਿਲ ਪੀਟਰ ਵਿਵਾਦਾਂ ਵਿੱਚ ਘਿਰ ਗਏ ਨੇ। 10 ਵਰੇ ਪਹਿਲਾਂ ਉਹਨਾਂ ਨੇ ਇੱਕ ਸ਼ਾਹ ਨਸਲ ਦੇ ਖਿਡਾਰੀ ਬਾਰੇ ਨਸਲੀ ਟੀਕਾ ਟਿੱਪਣੀ ਕੀਤੀ ਸੀ, ਉਸ ਸਮੇਂ ਉਹ ਜਾਂਚ ਘੇਰੇ ਵਿੱਚ ਆ ਚੁੱਕੇ ਨੇ। ਸੋ ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਮੁੱਦਾ ਹੈ। ਇਸ ਤੋਂ ਇਲਾਵਾ CN ਰੇਲ ਦੀ ਹੜਤਾਲ ਟੁੱਟ ਗਈ ਹੈ ਅਤੇ ਨਾਲ ਦੀ ਨਾਲ ਜਿਹੜੀ ਵੈਂਕੂਵਰ 'ਚ ਬੱਸ ਡਰਾਈਵਰਾਂ ਵੱਲੋਂ ਹੜਤਾਲ ਕੀਤੀ ਜਾਣੀ ਸੀ, ਉਹ ਵੀ ਹਾਲ ਦੀ ਘੜੀ ਟਲ ਗਈ ਹੈ। ਸੋ ਇਸ ਨਾਲ ਲੋਕਾਂ ਨੂੰ ਕੋਈ ਰਾਹਤ ਮਿਲੀ ਹੈ, ਇਸ ਦੇ ਬਾਰੇ ਵਿਸਥਾਰਪੂਰਵਕ ਅੱਗੇ ਜਾ ਕੇ ਦੱਸਿਆ ਜਾਵੇਗਾ। ਪਰ ਫਿਲਹਾਲ ਸ਼ੁਰੂ ਕਰਦੇ ਹਾਂ ਕੁਬੈਕ ਤੋਂ। ਕੁਬੈਕ ਦੇ ਵਿੱਚ ਸਰਕਾਰ ਵੱਲੋਂ ਧਰਮ ਨਿਰਪੱਖਤਾ ਨੂੰ ਯਕੀਨੀ ਬਣਾਉਣ ਲਈ ਇੱਕ ਵਿਵਾਦਗ੍ਰਸਤ ਬਿੱਲ ਲਿਆਂਦਾ ਗਿਆ, ਬਿੱਲ 21 ਇਸ ਨੂੰ ਕਿਹਾ ਜਾਂਦਾ। ਇਸ ਦੇ ਤਹਿਤ ਲੋਕਾਂ ਨੂੰ ਸਰਕਾਰੀ ਕੰਮਾਂ 'ਤੇ ਧਾਰਮਿਕ ਚਿੰਨ੍ਹ ਪਹਿਨਣ ਦੀ ਆਗਿਆ ਨਹੀਂ ਹੋਵੇਗੀ ਅਤੇ ਇਸ ਨਾਲ ਖਾਸ ਤੌਰ 'ਤੇ ਦਸਤਾਰਧਾਰੀ ਸਿੱਖ ਅਤੇ ਹਿਜਾਬ ਲੈਣ ਵਾਲੀਆਂ ਮੁਸਲਿਮ ਔਰਤਾਂ ਪ੍ਰਭਾਵਿਤ ਹੋ ਰਹੇ ਨੇ। ਔਰ ਇਸ ਦੇ ਨਾਲ ਹੋ ਇਹ ਰਿਹਾ ਕਿ ਭਾਵੇਂ ਬਿੱਲ ਨੂੰ ਇਹ ਕਹਿ ਕੇ ਲਾਗੂ ਕੀਤਾ ਜਾ ਰਿਹਾ ਕਿ ਅਸੀਂ ਧਰਮ ਨਿਰਪੱਖਤਾ ਨੂੰ ਯਕੀਨੀ ਬਣਾਉਣਾ ਚਾਹੁੰਦੇ ਹਾਂ, ਪਰ ਨਸਲਵਾਦੀਆਂ ਦੇ ਹੌਸਲੇ ਖੁੱਲ੍ਹ ਗਏ ਨੇ। ਨਸਲਵਾਦੀਆਂ ਨੂੰ ਖੁੱਲ੍ਹਮ ਖੁੱਲ੍ਹਾ ਤੌਰ 'ਤੇ ਹਿਜਾਬ ਲੈਣ ਵਾਲੀਆਂ ਔਰਤਾਂ 'ਤੇ ਤਾਣੇ ਕਸਣ ਦਾ ਮੌਕਾ ਮਿਲ ਗਿਆ, ਅਜਿਹੀਆਂ ਔਰਤਾਂ ਦੇ ਨਸਲੀ ਹਮਲਿਆਂ ਵਿੱਚ ਵਾਧਾ ਹੋਇਆ। ਸੋ ਇਸ ਤੋਂ ਲੈ ਕੇ ਮਨੁੱਖੀ ਹੱਕਾਂ ਦੀ ਗੱਲ ਕਰਨ ਵਾਲੇ ਫਿਕਰਮੰਦ ਨੇ, ਉਹਨਾਂ ਨੇ ਬਾਕਾਇਦਾ ਇਸ ਬਿੱਲ ਨੂੰ ਚੁਣੌਤੀ ਦਿੱਤੀ ਹੋਈ ਹੈ। ਪਹਿਲਾਂ ਉਹਨਾਂ ਨੇ ਸੁਪਰੀਮ ਕੋਰਟ ਦਾ ਦਰਖੜਕਾਇਆ ਸੀ, ਕਾਮਯਾਬੀ ਨਹੀਂ ਸੀ ਮਿਲੀ। ਸੁਪਰੀਮ ਕੋਰਟ ਨੇ ਉਹਨਾਂ ਦੀ ਅਰਜ਼ੀ ਰੱਦ ਕਰ ਦਿੱਤੀ ਸੀ। ਹੁਣ ਉਹ ਮਾਮਲਾ ਅਪੀਲ ਕੋਰਟ 'ਚ ਲੈ ਗਏ ਨੇ, ਯਾਨੀ ਕਿ ਉਸ ਤੋਂ ਉੱਪਰਲੀ ਅਦਾਲਤ ਵਿੱਚ। ਹੁਣ ਵੇਖਦੇ ਹਾਂ ਕਿ ਅਪੀਲ ਕੋਰਟ ਕੀ ਫੈਸਲਾ ਦਿੰਦੀ ਹੈ, ਪਰ ਇਹ ਦੱਸਦਾ ਕਿ ਲੜਾਈ ਅਜੇ ਜਾਰੀ ਹੈ। ਸੋ ਨੈਸ਼ਨਲ ਕੌਂਸਲ ਆਫ ਕੈਨੇਡੀਅਨਸ ਅਤੇ ਇਸ ਤੋਂ ਇਲਾਵਾ ਨੈਸ਼ਨਲ ਕੌਂਸਲ ਆਫ ਕੈਨੇਡੀਅਨ ਮੁਸਲਿਮਸ ਰਾਦਰ ਅਤੇ ਇਸ ਤੋਂ ਇਲਾਵਾ ਕੈਨੇਡੀਅਨ ਸਿਵਲ ਲਿਬਰਟੀਜ਼ ਐਸੋਸੀਏਸ਼ਨ ਵੱਲੋਂ ਬਾਕਾਇਦਾ ਇਹ ਪਹਿਲਕਦਮੀ ਕੀਤੀ ਜਾ ਰਹੀ ਹੈ। ਚੇਤੇ ਰਹੇ, ਇਸ ਗੱਲ ਨੂੰ ਲੈ ਕੇ ਕਾਫੀ ਚਿੰਤਾ ਬਣੀ ਹੋਈ ਹੈ ਸਿੱਖ ਭਾਈਚਾਰੇ ਵਿੱਚ ਵੀ, ਮੁਸਲਿਮ ਭਾਈਚਾਰੇ ਵਿੱਚ ਵੀ। ਇੱਥੋਂ ਤੱਕ ਕਿ ਇੱਕ ਸਿੱਖ ਬੀਬੀ ਨੂੰ ਕੁਬੈਕ ਛੱਡ ਕੇ ਸਰੇ ਵਿੱਚ ਆ ਕੇ ਨੌਕਰੀ ਕਰਨ ਲਈ ਮਜਬੂਰ ਹੋਣਾ ਪਿਆ, ਕਿਉਂਕਿ ਉੱਥੇ ਉਹ ਟੀਚਰ ਦੀ ਨੌਕਰੀ ਨਹੀਂ ਸੀ ਕਰ ਸਕਦੀ ਕਿਉਂਕਿ ਸਿਰ 'ਤੇ ਉਹ ਕੇਸ ਕੀ ਬਣਦੀ ਹੈ। ਸੋ ਇਹ ਇੱਕ ਚਿੰਤਾਜਨਕ ਵਿਸ਼ਾ ਹੈ। ਵੈਸੇ ਪਿੱਛੇ ਜੇ ਸਰੀ ਦੇ ਵਿੱਚ ਜਿਹੜੀ ਸਿਟੀ ਕੌਂਸਲ ਹੈ ਬਰਿੰਡਾ ਲੋਕ, ਉਹਨਾਂ ਨੇ ਆਪਣੇ ਤੌਰ 'ਤੇ ਇੱਕ ਮਤਾ ਲਿਆਂਦਾ ਜਿਸ ਨੂੰ ਸਰਸੰਮਤੀ ਨਾਲ ਪਾਸ ਕਰਕੇ ਇਸ ਬਿੱਲ ਨੂੰ ਦੁਤਕਾਰ ਦਿੱਤਾ ਗਿਆ, ਪਰੰਤੂ ਉਸਦਾ ਕਿੰਨਾ ਕੁ ਅਸਰ ਕੁਬੈਕ 'ਤੇ ਪਵੇਗਾ ਇਹ ਤਾਂ ਸਮਾਂ ਹੀ ਦੱਸ ਸਕਦਾ। ਪਰ ਫਿਲਹਾਲ ਇਸ ਤੋਂ ਇਹ ਗੱਲ ਪ੍ਰਤੀਤ ਹੋ ਰਹੀ ਹੈ ਕਿ ਕੈਨੇਡਾ ਭਰ ਵਿੱਚ ਕੁਬੈਕ ਤੋਂ ਬਾਹਰ ਆਮ ਜਿਹੜੀ ਲੋਕਾਂ ਦੀ ਰਾਏ ਹੈ ਉਹ ਇਸ ਬਿੱਲ ਦੇ ਖਿਲਾਫ ਹੈ। ਅਗਲੀ ਗੱਲ ਕਰਦੇ ਹਾਂ ਦੋਸਤੋ ਲੈਨ ਬਿਆਕ ਬਾਰੇ। ਲੈਨ ਬਿਆਕ ਇੱਕ ਵਿਵਾਦਗ੍ਰਸਤ ਟੋਰੀ ਸੈਨੇਟਰ ਹੈ। ਉਸਨੇ ਪਿੱਛੇ ਜੇ ਮੂਲ ਵਾਸੀਆਂ ਬਾਰੇ ਬਹੁਤ ਇਤਰਾਜਯੋਗ ਟੀਕਾ ਟਿੱਪਣੀ ਕੀਤੀ ਸੀ। ਹੋਇਆ ਇਸ ਤਰ੍ਹਾਂ ਕਿ ਕਈ ਵਰੇ ਪਹਿਲਾਂ ਜਦੋਂ ਬਸਤੀਵਾਦੀਆਂ ਨੇ ਆ ਕੇ ਕੈਨੇਡਾ 'ਤੇ ਕਬਜ਼ਾ ਕੀਤਾ ਤਾਂ ਉਹਨਾਂ ਨੇ ਰੈਜੀਡੈਂਸ਼ੀਅਲ ਸਕੂਲ ਖੋਲ੍ਹੇ ਜਿੱਥੇ ਮੂਲ ਵਾਸੀ ਬੱਚਿਆਂ ਨੂੰ ਜਬਰੀ ਲਿਆ ਕੇ ਪੜ੍ਹਾਇਆ ਜਾਂਦਾ ਸੀ, ਜਬਰੀ ਉਹਨਾਂ ਨੂੰ ਕ੍ਰਿਸਚਨ ਬਣਾਇਆ ਜਾਂਦਾ ਸੀ, ਉਹਨਾਂ ਨੂੰ ਆਪਣੀ ਮਾਂ ਬੋਲੀ 'ਚ ਗੱਲ ਕਰਨ ਦੀ ਆਗਿਆ ਨਹੀਂ ਸੀ, ਉਹਨਾਂ ਨੂੰ ਆਪਣੇ ਰਵਾਇਤੀ ਨਾਂ ਬਦਲਣ ਲਈ ਮਜਬੂਰ ਕੀਤਾ ਗਿਆ, ਉਹਨਾਂ ਦਾ ਸੱਭਿਆਚਾਰ ਤਹਿਸ ਨਹਿਸ ਕੀਤਾ ਗਿਆ ਅਤੇ ਇੱਕ ਤਰੀਕੇ ਨਾਲ ਇਹ ਨਸਲਘਾਤ ਸੀ। ਕੈਨੇਡਾ ਸਰਕਾਰ ਮੰਨਦੀ ਇੰਨੇ ਵਰ੍ਹਿਆਂ ਤੋਂ ਬਾਅਦ ਕਿ ਉਹ ਜ਼ਿਆਦਤੀ ਸੀ। ਸਿਤਮ ਵਾਲੀ ਗੱਲ ਇਹ ਕਿ ਪਿਛਲੇ ਟੋਰੀ ਪ੍ਰਧਾਨ ਮੰਤਰੀ ਸਟੀਵਨ ਹਾਰਪਰ ਨੇ ਖੁਦ ਇਸ ਦੁਖਾਂਤ ਲਈ ਮਾਫ਼ੀ ਮੰਗੀ ਸੀ, ਬਾਵਜੂਦ ਇਸ ਦੇ ਉਹਨਾਂ ਦੀ ਸਰਕਾਰ ਵੱਲੋਂ ਲਿਆਈ ਗਈ ਲਿਨ ਬਿਆਕ ਜਿਹੜੀ ਕਿ ਟੋਰੀ ਸੈਨੇਟਰ ਹੈ ਉਹ ਲਗਾਤਾਰ ਰੈਡੇਸ਼ੀਅਲ ਸਕੂਲ ਸਿਸਟਮ ਨੂੰ ਜਾਇਜ਼ ਠਹਿਰਾਉਂਦੀ ਆ ਰਹੀ ਹੈ। ਸੋ ਇਸ ਨੂੰ ਲੈ ਕੇ ਇਤਰਾਜ਼ ਬੜੇ ਉੱਠੇ। ਉਸਨੇ ਇੱਥੋਂ ਤੱਕ ਕਿ ਆਪਣੇ ਜਾ ਕੇ ਆਪਣੇ ਵੈੱਬ ਪੇਜ ਦੇ ਉੱਤੇ ਵੀ ਮੂਲ ਵਾਸੀਆਂ ਬਾਰੇ ਬੜਾ ਕੁਝ ਆਵਾ ਤਵਾ ਲਿਖਿਆ, ਉਸ 'ਤੇ ਦਬਾਅ ਪਿਆ, ਪਰੰਤੂ ਉਸਨੇ ਅਜਿਹਾ ਕੋਈ ਵੀ ਮਾਫ਼ੀ ਮੰਗਣ ਤੋਂ ਇਨਕਾਰ ਕਰ ਦਿੱਤਾ ਔਰ ਆਪਣੇ ਵਿਚਾਰ ਬਦਲਣ ਤੋਂ ਵੀ ਇਨਕਾਰ ਕੀਤਾ। ਉਸਨੇ ਆਪਣੇ ਇਸ ਜੋ ਕੁਛ ਉਸਨੇ ਲਿਖਿਆ ਸੀ ਵੈਬਸਾਈਟ 'ਤੇ ਉਸਨੂੰ ਹਟਾਉਣਾ ਜ਼ਰੂਰੀ ਨਹੀਂ ਸਮਝਿਆ, ਜਿਸ ਦੇ ਮੱਦੇਨਜ਼ਰ ਸੈਨੇਟ ਤੋਂ ਉਸਨੂੰ ਮੁਅੱਤਲ ਕੀਤਾ ਗਿਆ। ਹੁਣ ਉਸਦੀ ਸਸਪੈਂਸ਼ਨ ਦੀ ਮਿਆਦ ਮੁੱਕ ਚੁੱਕੀ ਹੈ ਅਤੇ ਵਾਪਸ ਕੰਮ 'ਤੇ ਪਰਤ ਆਈ ਹੈ ਅਤੇ ਤਨਖਾਹ ਲੈ ਰਹੀ ਹੈ। ਆਲੋਚਕਾਂ ਦਾ ਕਹਿਣਾ ਕਿ ਬੜੇ ਦੁੱਖ ਦੀ ਗੱਲ ਹੈ, ਅਜਿਹੀ ਔਰਤ ਦਾ ਸੈਨੇਟ ਵਿੱਚ ਹੋਣਾ ਹੀ ਮੁਨਾਸਿਬ ਨਹੀਂ, ਇਸ ਨੂੰ ਸੈਨੇਟ 'ਚੋਂ ਕੱਢਿਆ ਜਾਵੇ। ਸੋ ਸੈਨੇਟ 'ਚੋਂ ਕੱਢਿਆ ਕਿਉਂ ਨਹੀਂ ਜਾ ਰਿਹਾ, ਇਸ ਨੂੰ ਲੈ ਕੇ ਸਵਾਲ ਉੱਠ ਰਹੇ ਨੇ
और टोरी पार्टी की अपनी जिहड़ी अक्स उपर भी सवाल उठ रहे हैं कि टोरी पार्टी के प्रधानमंत्री एक पासे माफिया मंगते फिरते होण अतीत विच हुई ज्यादतियां लई, परंतु उन्हां दी अपनी एक बीबी है जिहड़ी कि उस गल नूं जायज़ ठहराउंदी, तो फिर माफ़ी मंगण दा फिर की अर्थ रह गया? उस माफ़ी की इमानदारी ते भी सवाल उठ रहे हैं। इस दौरान एक जिहड़ी खुशगवार खबर है मूल वासियां लई, उह ये है कि बीसी दे विच संयुक्त राष्ट्र का एक मूल वासियां बारे जिहड़ा ऐलाननामा है उसनूं रसमी तौर पर लागू किया जा रहा। सरसमति नाल बिल 41 पास हो चुकिया, जिस तों पिछों इस गल नूं यकीनी बनाया जाएगा कि बीसी दे विच घट्टो घट्ट यह ऐलाननामा लागू किया जाए। यूनाइटेड नेशनस डैक्लेरेशन ऑन द राइट्स ऑफ इंडिजनस पीपल्स एक ऐलाननामा है जिसके तहत मूल वासियों के जोड़े हक ने वह महफूज रह सकते हैं दुनिया भर के। सो बीसी पहला प्रांत है, पहला सूबा कैनेडा में जिसने इस ऐलाननामे इन बिन लागू करने अपनी वचनबद्धता जाहिर की है, और इस संबंधी NDP सरकार वालों एक बिल लिया गया जिसन सरसमति मंगलवार को विधानसभा में पास कर दिया गया। सो मूल वासियों को चंगे भविष्य की आस बजी है, पर नाल ही आलोचकों का यह भी कहना कि इसे सरकार ने विवादग्रस्त साइट सी डैम को मंजूरी दी हुई है। यो बंद है जिहड़ा कि मूल वासियों की जद्दी धरती से उसारिया जा रहा, जिस नाल मूल वासियों के जीवन निर्वाह पर भैड़ा असर पवेगा। अनेक मूल वासी कबीले इसका विरोध कर रहे हैं, और उन्होंने यह भी कहना कि यह जिहड़ा बंद आ यह अनड्रिप जिहड़ा कि यह ऐलाननामा है उसकी उल्लंघना करता। हुण सवाल यह उठता कि एक पासे तुसीं ऐलाननामे नूं लागू करन दी गल कर रहे हो, दूजे पासे उसे ऐलाननामे की धज्जियां उड़ा के तुसीं साइट सी डैम नूं मंजूरी दित्ती है। इस नूं लैके सरकार की वचनबद्धता ते इमानदारी ते प्रश्न चिन्ह लग गया। सो एक यह भी गल सी नोट करन वाली। हुण अगे चलदे हां, कैलगरी की जिहड़ी हॉकी टीम है फ्लेम्स, उसके कोच बिल पीटर वादा विच घिर गए ने। उन्होंने एक जिहड़ा सियान असल दा एक बच्चा जिहड़ा कि माइनर हॉकी टीम लई खेडदा सी 10 वरे पहला, उसके बारे नस्ली ताणा कसिया सी। एकिम एलियू नूं उन्होंने नीगर कहा सी, एक इतराजयोग शब्द है जिहड़ा कि सियान असल दे लोकां लई अक्सर नसलवादियों वरतों वलों वरत्या जांदा और इसका लगातार विरोध हुंदा। सो यह शब्द उन्होंने इस नौजवान खिलाड़ी लई वरत्या। सो हुण उसने शिकायत दर्ज कर दी है। इस मामले की नैशनल हॉकी लीग ने पड़ताल आरंभ दी है, यह कोई छोटी मोटी गल नहीं। जेकर बिल पीटर दोषी पाए गए तो अगले साल तो हो सकता है कि वो इस टीम के कोच ही ना रहन। सो ये कोई निकी मोटी गल नहीं। हॉकी जड़ा है एक लोकप्रिय खेड इतों की कैनेडा की, उस दे विच उस दे कोच जड़े जिन्हां दे उत्ते जिम्मेवारी बनती कोई वधिया आदर्श पैदा करन दी, जे वो इस किस्म दीयां हरकतां करदे होण तां इह बहुत नमोशी वाली गल है। इस नाल नसलवाद नूं होर भी बल मिलता, हुलारा मिलता, उत्साह मिलता, जिहड़ा कि अपने आप विच इक चिंता दा विशा है। सजे पक्षी टोरी पार्टी के नेता एंड्रयू शीयर दियां सिरदर्दियां वध गईयां ने। होया इस तरह कि पिछे कल तुहानूं याद होना, मैं खबरां 'च दस्सिया सी कि एंड्रयू शीयर ने अपने घट्टो घट्ट पार्टी के दो उगे सहायक झटका दिते ने, क्योंकि पिछली जिहड़ी फैडरल चोण होई है 21 अक्तूबर नूं टोरी पार्टी नूं बड़ी आस सी कि बहुगिणती सरकार बनाउणगे और जस्टिन ट्रूडो की लिबरल सरकार नूं चल्ला कीता जाएगा, परंतु अजिहा कुछ ना वापरिया, अजिहा कुछ ना होया। उन्हां नूं हार दा मूँह वेखना पिया। हुण पार्टी विच अंदरूनी तौर पर बाहरी तौर पर लगातार शीयर के उत्ते अस्तीफा देने दबाव पै रहा है, पर जनाब ने कि मनते नहीं। पिछे जे उन्हां दी कॉकस मीटिंग हुई तो सब ने कह दिता एक मुठ होकर कि अजे फिलहाल उन्होंने अस्तीफा देने की लोड़ नहीं। सो अप्रैल तक उन्होंने राहत मिल गई है, अप्रैल में कन्वेंशन वेले पता लगेगा की बनता की नहीं बनता। पर कल जो उन्होंने अपने दो सहायकों झटकाया है, सो उस तो पिछों एक बार फिर यह बहस जी है जोर फड़ गई है। हुण वेखदे हां कि बनता की, क्योंकि सब तो वड्डी खतरे की घंटी शीयर लई यह है कि जी उन्होंने इस वेले की कॉकस है पार्टी की, उस विच बहुगिणती उन्होंने लोगों की है जिन्होंने 2017 में जो इसे पार्टी की लीडरशिप दौड़ हुई सी तां शीयर नूं वोट नहीं सी पाई, सगो शीयर के प्रतिद्वंदा नूं सपोर्ट की उन्होंने। सो शीयर के प्रतिद्वंदी जड़े सन वह उन्होंने प्रति इन्होंने लोगों का झुकाव ज़्यादा रहा है। सो जिसका मतलब यह होया कि एंड्रयू शीयर प्रति उन्होंने कोई एड्डी ज़्यादा वचनबद्धता नहीं है। उस गलों औखे ने कि शीयर ने सानू बड़े सफलता विखाए, ना तो सरकार बनी, सीटा भी कई थावां ते गवाईयां और कई थावां ते मसी जिते हैं। सो इस करके शीयर उत्ते भी यह दबाव हुण वधूगा आने के समय के विच कि अस्तीफा दे के लांबे होण। अगे चलदे हां, CN रेल की हड़ताल टुट गई है और वक्ती तौर पर CN रेल के मुलाजमान प्रबंधकों के विचारे समझौता हो गया, जिस नाल जिहड़े किसान ने खास तौर पर वो राहत महसूस कर रहे हैं। याद रहे कि कल खबर सी कि जिहड़े किसान ने जिहड़े अनाज उगाउंदे ने उन्होंने की किया सी अपना गुस्सा जाहिर करन लई, क्योंकि CN रेल की हड़ताल के नाल उन्हां दा कामकार काफ़ी प्रभावित होया, प्रोपेन नहीं सी मिल रही,
ਕਿਸਾਨੀ ਦੀ ਲੋੜੀਂਦਾ ਹੋਰ ਸਾਜੋ ਸਮਾਨ ਨਹੀਂ ਸੀ ਪਹੁੰਚ ਰਿਹਾ, ਜਿਸ ਕਾਰਨ ਉਹਨਾਂ ਨੂੰ ਕਾਫੀ ਮੁਸ਼ਕਲਾਂ ਆ ਰਹੀਆਂ ਸੀਗੀਆਂ। ਉਹਨਾਂ ਨੇ ਆਪਣਾ ਰੋਸਾ ਪ੍ਰਗਟਾਉਣ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਹਲਕਾ ਦਫ਼ਤਰ ਦੇ ਬਾਹਰ ਜਾ ਕੇ ਮੱਕੀ ਖੜਾਤੀ ਸੀ। ਸੋ ਉਹ ਕਾਮਯਾਬ ਹੋਏ ਨੇ ਇੱਕ ਤਰੀਕੇ ਨਾਲ, ਇੰਨਾ ਦਬਾਅ ਵਧਿਆ ਕਿ ਅਖੀਰ ਸੀਐਨ ਰੇਲ ਦੇ ਪ੍ਰਬੰਧਕਾਂ ਅਤੇ ਕਾਮਿਆਂ ਦੇ ਵਿਚਾਲੇ ਸਮਝੌਤਾ ਆਰਜ਼ੀ ਤੌਰ 'ਤੇ ਹੋ ਗਿਆ ਔਰ ਹੜਤਾਲ ਟਲ ਗਈ ਹੈ, ਹੜਤਾਲ ਟੁੱਟ ਗਈ ਹੈ। 3200 ਮੁਲਾਜ਼ਮ ਉਹਨਾਂ ਦਾ ਹੜਤਾਲ 'ਤੇ ਸੀ, ਉਹਨਾਂ ਦਾ ਕਹਿਣਾ ਸੀ ਕਿ ਅਸੀਂ ਬੜੇ ਅਣਸੁਰੱਖਿਅਤ ਮਾਹੌਲ ਵਿੱਚ ਕੰਮ ਕਰ ਰਹੇ ਹਾਂ। ਸੋ ਇਹ ਆਪਣੇ ਆਪ ਵਿੱਚ ਚਿੰਤਾ ਵਾਲੀ ਗੱਲ ਹੈ ਕਿ ਕੈਨੇਡਾ ਵਰਗੇ ਦੇਸ਼ ਦੇ ਵਿੱਚ ਜੇ ਕੰਮ ਆਪਣੇ ਆਪ ਨੂੰ ਅਣਸੁਰੱਖਿਅਤ ਮਹਿਸੂਸ ਕਰਨ, ਔਰ ਉਹ ਵੀ ਸੀਐਨ ਰੇਲ ਜਿਹੜਾ ਸਰਕਾਰੀ ਮਹਿਕਮਾ, ਇਹ ਕੋਈ ਬਹੁਤੀ ਵਧੀਆ ਗੱਲ ਨਹੀਂ ਹੈ, ਬਹੁਤੀ ਵਧੀਆ ਮਿਸਾਲ ਨਹੀਂ ਕਾਇਮ ਕੀਤੀ ਗਈ। ਅੱਗੇ ਚੱਲਦੇ ਹਾਂ, ਵੈਨਕੂਵਰ ਇਲਾਕੇ ਵਿੱਚ ਵੀ ਬੱਸਾਂ ਦੇ ਜਿਹੜੇ ਡਰਾਈਵਰ ਨੇ, ਬੱਸਾਂ ਦੇ ਮੁਲਾਜ਼ਮ, ਉਹਨਾਂ ਵੱਲੋਂ ਹੜਤਾਲ ਕੀਤੇ ਜਾਣ ਦਾ ਪ੍ਰੋਗਰਾਮ ਸੀ ਔਰ ਅੱਜ ਤੋਂ ਹੜਤਾਲ ਸ਼ੁਰੂ ਹੋਣੀ ਸੀ ਔਰ ਸ਼ੁੱਕਰਵਾਰ ਤੱਕ ਚੱਲਣੀ ਸੀ। ਇਸ ਦੇ ਚੱਲਦਿਆਂ ਲੋਕਾਂ ਵਿੱਚ ਭਾਰੀ ਚਿੰਤਾ ਸੀ, ਪਰੰਤੂ ਉਹਨਾਂ ਲਈ ਵੀ ਇਹ ਰਾਹਤ ਹੈ ਕਿ ਹੜਤਾਲ ਹਾਲ ਦੀ ਕੜੀ ਟਲ ਗਈ ਹੈ। ਸੋ ਬੱਸ ਮੁਲਾਜ਼ਮਾਂ ਅਤੇ ਪ੍ਰਬੰਧਕਾਂ ਦੇ ਵਿਚਾਲੇ ਆਰਜ਼ੀ ਸਮਝੌਤਾ ਹੋ ਗਿਆ, ਜਿਸ ਕਾਰਨ ਹੜਤਾਲ ਦਾ ਖਤਰਾ ਟਲ ਗਿਆ ਹੈ। ਸੋ ਕਈ ਲੋਕਾਂ ਨੇ ਇੰਤਜ਼ਾਮਾਤ ਕੀਤੇ ਹੋਏ ਸੀ ਕਿ ਕਾਰ ਪੂਲਿੰਗ ਕਰਕੇ ਕੰਮਾਂ 'ਤੇ ਜਾਇਆ ਜਾਵੇ, ਵਿਦਿਆਰਥੀਆਂ ਨੇ ਇੰਤਜ਼ਾਮ ਕੀਤੇ ਹੋਏ ਸੀ। ਸੋ ਉਹਨਾਂ ਨੂੰ ਕੁਝ ਰਾਹਤ ਮਿਲ ਗਈ ਹੈ, ਪਰ ਇਹ ਰਾਹਤ ਕਿੰਨਾ ਚਿਰ ਰਹੇਗੀ ਇਹਦੇ ਬਾਰੇ ਹੁਣ ਅਨੁਮਾਨ ਲਾਉਣਾ ਜੇ ਔਖਾ ਹੈ। ਪਰ ਫਿਲਹਾਲ ਜਿਹੜਾ ਇਹਨਾਂ ਤਿੰਨ ਦਿਨਾਂ ਦੌਰਾਨ ਸੜਕਾਂ 'ਤੇ ਰਸ਼ ਵੱਧ ਜਾਣਾ ਸੀ, ਹੋਰ ਬੜੀਆਂ ਦਿੱਕਤਾਂ ਆਉਣੀ ਸੀਗੀਆਂ, ਉਹ ਫਿਲਹਾਲ ਸਮੱਸਿਆ ਟਲ ਗਈ ਨਜ਼ਰ ਆਉਂਦੀ ਹੈ। BC ਵਿੱਚ ਇੱਕ ਅਹਿਮ ਡਿਵੈਲਪਮੈਂਟ ਇਹ ਹੋਈ ਹੈ ਕਿ ਸਰਕਾਰੀ ਵਕੀਲਾਂ ਨੇ ਮੰਗ ਕੀਤੀ ਹੈ ਕਿ ਜਿਹੜੇ ਬਰਨਸ ਲੇਕ ਇਲਾਕੇ ਦੇ ਸਾਬਕਾ ਜਿਹੜੇ ਮੇਅਰ ਨੇ ਲੂਕ ਸਟ੍ਰਿਮਬੋਲਡ, ਉਹਨਾਂ ਨੂੰ 4 ਤੋਂ ਲੈ ਕੇ 6 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਜਾਵੇ। ਲੂਕ ਸਟ੍ਰਿਮਬੋਲਡ ਬਰਨਸ ਲੇਕ ਇਲਾਕੇ ਦੇ ਮੇਅਰ ਰਹੇ ਨੇ ਔਰ 2014 ਅਤੇ 2017 ਦੇ ਵਿਚਾਲੇ ਉਹਨਾਂ 'ਤੇ ਦੋਸ਼ ਲੱਗੇ ਨੇ ਕਿ ਉਹਨਾਂ ਨੇ ਚੜ੍ਹਦੀ ਉਮਰ ਦੇ ਕੁਝ ਨੌਜਵਾਨਾਂ ਨੂੰ, ਜਿਹਨਾਂ ਦੀ ਉਮਰ 16 ਸਾਲ ਤੋਂ ਘੱਟ ਸੀ, ਉਹਨਾਂ ਉੱਪਰ ਕਾਮੁਕ ਹਮਲੇ ਕੀਤੇ ਸਨ। ਖੈਰ ਉਹਨਾਂ ਨੇ ਆਪਣਾ ਗੁਨਾਹ ਸਵੀਕਾਰ ਕੀਤਾ, ਪਰ ਸਰਕਾਰੀ ਪੱਖ ਦਾ ਕਹਿਣਾ ਕਿ ਉਹਨਾਂ ਨੂੰ 4 ਤੋਂ ਲੈ ਕੇ 6 ਸਾਲ ਦੀ ਸਜ਼ਾ ਸੁਣਾਈ ਜਾਵੇ ਤਾਂ ਜੋ ਕੋਈ ਇੱਕ ਮਿਸਾਲ ਕਾਇਮ ਕੀਤੀ ਜਾ ਸਕੇ, ਉਹਨਾਂ ਨੂੰ ਸਬਕ ਮਿਲ ਸਕੇ। ਅੱਗੇ ਵਧਦੇ ਹਾਂ, ਸਾਡੇ ਭਾਈਚਾਰੇ ਲਈ ਖਾਸ ਤੌਰ 'ਤੇ ਖਬਰ ਬੜੀ ਇੱਕ ਮਹੱਤਵਪੂਰਨ ਹੈ। ਹੋਇਆ ਇੱਦਾਂ ਕਿ ਜਿਹੜਾ ਕੈਨੇਡਾ ਦਾ ਹੈਲਥ ਮਹਿਕਮਾ, ਸਿਹਤ ਮਹਿਕਮਾ, ਇਸ ਤੋਂ ਇਲਾਵਾ BC ਇਲਾਕੇ ਵਿੱਚ ਜਿਹੜਾ ਫਰੇਜ਼ਰ ਹੈਲਥ ਅਥਾਰਟੀ ਜਿਹੜੀ ਹੈ, ਉਹਨਾਂ ਨੇ ਰਲ ਕੇ ਆਯੁਰਵੈਦਿਕ ਦਵਾਈਆਂ ਬਾਰੇ ਚੇਤਾਵਨੀ ਜਾਰੀ ਕੀਤੀ ਹੈ। ਉਹਨਾਂ ਦਾ ਕਹਿਣਾ ਕਿ ਜਿਹੜੀ ਆਯੁਰਵੈਦਿਕ ਦਵਾਈਆਂ ਸਾਡੇ ਭਾਈਚਾਰੇ ਦੇ ਲੋਕ ਬਹੁਤ ਵੱਧ ਚੜ੍ਹ ਕੇ ਸ਼ੌਕ ਨਾਲ ਇਸਤੇਮਾਲ ਕਰਦੇ ਨੇ, ਕਈਆਂ ਦਾ ਐਲੋਪੈਥੀ 'ਚ ਵਿਸ਼ਵਾਸ ਨਹੀਂ ਹੈ, ਉਹ ਸੋਚਦੇ ਨੇ ਕਿ ਆਯੁਰਵੈਦਿਕ ਦਵਾਈਆਂ ਉਹਨਾਂ ਲਈ ਬਿਹਤਰ ਇੱਕ ਜਿਹਨੂੰ ਕਹਿੰਦੇ ਵਿਕਲਪ ਨੇ। ਸੋ ਹੋਇਆ ਇੱਦਾਂ ਕਿ ਉਹ ਜਿਹੜੀਆਂ ਦਵਾਈਆਂ ਜਿਹੜੀਆਂ ਇਸਤੇਮਾਲ ਕਰਦੇ ਨੇ, ਉਹਨਾਂ ਬਾਰੇ ਹੁਣ ਇਹ ਦੱਸਿਆ ਜਾ ਰਿਹਾ ਕਿ ਉਹਨਾਂ ਵਿੱਚ ਭਾਰੀ ਮਾਤਰਾ 'ਚ ਲੈਡ ਹੈ ਅਤੇ ਮਰਕਰੀ ਹੈ, ਜਿਸ ਨਾਲ ਮਰੀਜ਼ਾਂ ਦੇ ਸਰੀਰ 'ਚ ਜ਼ਹਿਰ ਫੈਲ ਸਕਦੀ ਹੈ। ਸੋ ਇਹ ਕੋਈ ਨਿੱਕੀ ਮੋਟੀ ਗੱਲ ਨਹੀਂ, ਆਯੁਰਵੈਦਿਕ ਦਵਾਈਆਂ ਦਾ ਧੰਦਾ ਕਰਨ ਵਾਲੇ ਜਿਹੜੇ ਨੇ ਉਹ ਸੁਚੇਤ ਰਹਿਣ ਔਰ ਦੇਖਣ ਪਰਖਣ ਕਿ ਉਹ ਕੀ ਦੇ ਰਹੇ ਨੇ ਆਪਣੇ ਮਰੀਜ਼ਾਂ ਨੂੰ, ਔਰ ਜਿਹੜੇ ਮਰੀਜ਼ ਜਾਂ ਗਾਹਕ ਜਾ ਕੇ ਦਵਾਈਆਂ ਧਰਾਤੜ ਖਰੀਦ ਰਹੇ ਨੇ ਉਹ ਵੀ ਆਪਣਾ ਜਿਹੜਾ ਮੱਥਾ ਇਸਤੇਮਾਲ ਕਰਨ। ਇਹ ਠੀਕ ਹੈ, ਕਈ ਵਾਰੀ ਐਲੋਪੈਥਿਕ ਦਵਾਈਆਂ ਨਾਲ ਸੰਪੂਰਨ ਇਲਾਜ ਨਹੀਂ ਤੁਹਾਨੂੰ ਮਿਲਦਾ, ਮੌਜੂਦਾ ਪ੍ਰਬੰਧ ਹੇਠਾਂ ਤੁਹਾਨੂੰ ਨਹੀਂ, ਕਈ ਵਾਰੀ ਰਾਹਤ ਨਹੀਂ ਮਿਲਦੀ ਜਾਂ ਕੁਛ ਇਹੋ ਜਿਹੀਆਂ ਭਿਆਨਕ ਬਿਮਾਰੀਆਂ ਨਾਲ ਤੁਸੀਂ ਜੂਝ ਰਹੇ ਹੋ ਜਿਸ ਦਾ ਕੋਈ ਹੱਲ ਘੱਟੋ ਘੱਟ ਐਲੋਪੈਥਿਕ ਡਾਕਟਰਾਂ ਕੋਲ ਨਹੀਂ ਹੈ। ਸੋ ਇਨਸਾਨ ਉਸ ਨਾਉਮੀਦੀ ਦੇ ਆਲਮ ਵਿੱਚ ਆ ਕੇ ਕਈ ਵਾਰੀ ਹੋਰ ਤਰੀਕੇ ਵੀ ਇਸਤੇਮਾਲ ਕਰਦਾ, ਪਰ ਫਿਰ ਵੀ ਸੁਚੇਤ ਰਹਿਣ ਦੀ ਲੋੜ ਹੈ, ਕਿਉਂਕਿ ਜ਼ਿੰਦਗੀ ਨਾਲ ਖਿਲਵਾੜ ਜਿਹੜਾ ਹੈ ਉਹ ਬਿਲਕੁਲ ਵੀ ਸਹਿਣਯੋਗ ਨਹੀਂ। ਸੋ ਇਹ ਕੁਝ ਖਬਰਾਂ ਸੀਗੀਆਂ ਅੱਜ ਦੀਆਂ। ਇਸ ਦੇ ਨਾਲ ਹੀ ਗੁਰਪ੍ਰੀਤ ਨੂੰ ਦਿਓ ਇਜਾਜ਼ਤ, ਧੰਨਵਾਦ, ਮੇਰੀ ਤੁਹਾਡੀ ਮੁਲਾਕਾਤ ਭਲਕੇ ਦੁਬਾਰਾ ਹੋਵੇਗੀ। ਹੈਵ ਅ ਨਾਈਸ ਡੇ।